ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ। ਆਓ ਆਪਾਂ ਬਾਈਬਲ ਦੇ ਵਿੱਚੋਂ ਕੁਝ ਆਇਤਾਂ ਪੜ੍ਹਾਂਗੇ ਔਰ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਹਨਾਂ ਆਇਤਾਂ ਪੜ੍ਹਨ ਦੇ ਦੁਆਰਾ ਆਸ਼ੀਸ਼ ਤੇ ਬਰਕਤ ਦੇਵੇ ਔਰ ਆਪਣੇ ਸਮੇਂ ਦੇਵੇ। ਆਓ ਪੜ੍ਹਾਂਗੇ ਉਪਦੇਸ਼ਕ ਦੀ ਪੋਥੀ ਉਸਦਾ 3 ਅਧਿਆਏ ਉਸਦਾ 1 ਵਚਨ ਤੋਂ ਪੜ੍ਹਾਂਗੇ। ਇੱਥੇ ਲਿਖਿਆ ਹੈ, ਹਰੇਕ ਕੰਮ ਦਾ ਇੱਕ ਸਮਾਂ ਹੈ, ਹਰ ਮਨੋਰਥ ਦਾ ਜੋ ਆਕਾਸ਼ ਦੇ ਹੇਠ ਹੈ ਇੱਕ ਵੇਲਾ ਹੈ। ਪ੍ਰਭੂ ਦੀ ਬਾਣੀ ਦੱਸਦੀ ਹੈ ਕਿ ਹਰ ਇੱਕ ਕੰਮ ਦਾ ਇੱਕ ਸਮਾਂ ਆ, ਜਿੰਨੇ ਵੀ ਮਨੋਰਥ ਆਕਾਸ਼ ਦੇ ਹੇਠ ਆ ਉਹਦਾ ਇੱਕ ਵੇਲਾ ਆ। ਹਾਲੇਲੂਇਆ। ਜਦੋਂ ਬਹੁਤ ਵਾਰੀ ਇਨਸਾਨ ਕੋਈ ਵੀ ਕੰਮ ਕਰਨ ਦੀ ਕਾਹਲੀ ਕਰਦਾ, ਜਦੋਂ ਉਹਦੇ ਮਨ ਨੂੰ ਕਾਹਲੀ ਪੈਂਦੀ ਆ ਕਿ ਇਹ ਵਾਲਾ ਜਿਹੜਾ ਕੰਮ ਆ ਮੇਰਾ ਜਲਦੀ ਹੋ ਜਾਵੇ, ਉਹ ਜਿਹੜਾ ਕੰਮ ਭਲਾ ਵੀ ਹੁੰਦਾ ਆ, ਪਰ ਜੇ ਕੰਮ ਭਲਾ ਵੀ ਆ ਪ੍ਰਭੂ ਦੀ ਇੱਛਾ ਦੇ ਅਨੁਸਾਰ ਵੀ ਆ ਤਾਂ ਉਸ ਕੰਮ ਦਾ ਵੀ ਇੱਕ ਵੇਲਾ ਆ। ਹਾਲੇਲੂਇਆ। ਕਿਉਂਕਿ ਬਾਣੀ ਵਿੱਚ ਲਿਖਿਆ ਆ, ਜੋ ਬਾਈਬਲ ਦੇ ਵਿੱਚ ਲਿਖਿਆ ਆ, ਉਹ ਸਪਸ਼ਟ ਆ ਕਿ ਹਰ ਇੱਕ ਕੰਮ ਦਾ ਇੱਕ ਵੇਲਾ ਆ ਅਤੇ ਹਰ ਮਨੋਰਥ ਦਾ ਜੋ ਆਕਾਸ਼ ਦੇ ਹੇਠ ਹੈ ਇੱਕ ਵੇਲਾ ਹੈ। ਹਾਲੇਲੂਇਆ। ਇੱਕ ਜੰਮਣ ਦਾ ਵੇਲਾ ਹੈ, ਇੱਕ ਮਰਨ ਦਾ ਵੇਲਾ ਹੈ, ਇੱਕ ਲਾਉਣ ਦਾ ਵੇਲਾ ਹੈ, ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ। ਜਦੋਂ ਬੱਚਾ ਜੰਮਦਾ ਆ ਉਹਦਾ ਇੱਕ ਵੇਲਾ ਆ, ਜਦੋਂ ਬੱਚਾ ਵੱਡਾ ਹੁੰਦਾ ਆ, ਜਵਾਨ ਹੁੰਦਾ, ਬਜ਼ੁਰਗ ਹੁੰਦਾ ਆ, ਜਦੋਂ ਫਿਰ ਦੁਨੀਆਂ ਤੋਂ ਜਾਂਦਾ ਆ, ਸੌ ਜਾਂਦਾ ਆ, ਉਹ ਵੀ ਇੱਕ ਸਮਾਂ ਆ। ਸੋ ਪ੍ਰਭੂ ਦੀ ਬਾਣੀ ਵਿੱਚ ਲਿਖਿਆ ਆ, ਇੱਕ ਜੰਮਣ ਦਾ ਵੇਲਾ ਆ, ਇੱਕ ਮਰਨ ਦਾ ਵੇਲਾ, ਇੱਕ ਲਾਉਣ ਦਾ ਵੇਲਾ ਆ, ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ। ਸੋ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਹੀ ਸਮਝਾਉਣਾ ਚਾਹੁੰਦਾ ਆ, ਮੈਨੂੰ ਵੀ ਇਹ ਸਮਝਾਉਣਾ ਚਾਹੁੰਦਾ ਆ ਕਿ ਹਰ ਇੱਕ ਕੰਮ ਦਾ ਇੱਕ ਸਮਾਂ ਆ, ਤੁਸੀਂ ਕਿਉਂ ਫਿਕਰ ਕਰਦੇ ਆ ਕਿਸੇ ਕੰਮ ਨੂੰ ਲੈ ਕੇ। ਥੋੜ੍ਹਾ ਸਬਰ ਕਰੋ ਤਾਂ ਕਿ ਪ੍ਰਭੂ ਤੁਹਾਨੂੰ ਅਤੇ ਮੈਨੂੰ ਸਥਿਰ ਕਰੇ, ਬੇਡੋਲ ਕਰੇ, ਡੋਲੋ ਨਾ, ਕਿਉਂਕਿ ਆਤਮਾ ਦੇ ਫਲ ਸਾਡੀ ਜ਼ਿੰਦਗੀ 'ਚ ਹੋਣੇ ਚਾਹੀਦੇ ਆ। ਜੇ ਸਾਨੂੰ ਪ੍ਰਭੂ ਹਜੇ ਉਹ ਵਾਲਾ ਸਮਾਂ ਸਾਡੀ ਜ਼ਿੰਦਗੀ 'ਚ ਨਹੀਂ ਲੈ ਕੇ ਆਉਂਦਾ, ਬਰਕਤ ਦਾ ਸਮਾਂ, ਖੁਸ਼ੀਆਂ ਦਾ ਸਮਾਂ, ਜਾਂ ਪ੍ਰਭੂ ਦੀ ਸੇਵਾ ਦਾ ਸਮਾਂ, ਜਾਂ ਹੋਰ ਬਹੁਤ ਸਾਰੇ ਕੰਮ ਜਿਹੜੇ ਰੁਕੇ ਆ, ਜਦੋਂ ਉਹ ਨਹੀਂ ਹਜੇ ਹੋ ਰਿਹਾ, ਤਾਂ ਸਬਰ ਰੱਖੋ। ਪ੍ਰਭੂ ਯਿਸੂ ਮਸੀਹ, ਜੇ ਤੁਹਾਡੀ ਇੱਛਾ ਭਲੀ ਆ ਤਾਂ ਉਹ ਜਿਹੜੇ ਕੰਮ ਆ, ਜੇ ਬਾਣੀ ਦੇ ਅਨੁਸਾਰ ਆ, ਤੁਹਾਡੇ ਹੋ ਜਾਣੇ ਆ ਕੰਮ। ਹਾਲੇਲੂਇਆ। ਕਿਉਂਕਿ ਬਾਣੀ ਵਿੱਚ ਲਿਖਿਆ ਆ, ਹਰ ਇੱਕ ਕੰਮ ਦਾ ਇੱਕ ਸਮਾਂ ਆ, ਸਮੇਂ ਤੋਂ ਪਹਿਲਾਂ ਕੁਛ ਨਹੀਂ ਹੋ ਸਕਦਾ। ਕਈ ਜਣ ਕਹਿੰਦੇ ਆ ਕਿ ਇਹਦੀ ਜ਼ਿੰਦਗੀ 'ਚ ਕੰਮ ਨਹੀਂ ਹੋ ਰਿਹਾ, ਇਹ ਪਾਪੀ ਆ। ਕਈ ਕਹਿੰਦੇ ਆ ਕਿ ਇਹਦੀ ਜ਼ਿੰਦਗੀ 'ਚ ਕੰਮ ਨਹੀਂ ਹੋ ਰਿਹਾ, ਇਹਦੀ ਜ਼ਿੰਦਗੀ 'ਚ ਬਰਕਤ ਨਹੀਂ ਹੈਗੀ, ਇਹ ਹੈਗਾ ਪਾਪੀ। ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਜਿਹੜੀਆਂ ਆਹ ਆਇਤਾਂ ਲਿਖੀਆਂ ਆ ਇਹ ਝੂਠ ਬੋਲਦੀਆਂ ਆ। ਉਹਨਾਂ ਨੂੰ ਪੁੱਛੇ ਕੋਈ ਕਿ ਪ੍ਰਭੂ ਦੀ ਬਾਣੀ ਵਿੱਚ ਕਹਿੰਦੇ ਲਿਖਿਆ ਆ ਕਿ ਹਰ ਇੱਕ ਕੰਮ ਦਾ ਇੱਕ ਸਮਾਂ ਆ। ਕੀ ਪਤਾ ਉਹ ਜਿਹੜਾ ਇਨਸਾਨ ਆ ਪ੍ਰਭੂ ਦੇ ਨਾਲ ਵਿਸ਼ਵਾਸ ਯੋਗ ਚੱਲਦਾ ਪਿਆ ਆ ਤੇ ਪ੍ਰਭੂ ਦੇ ਵਚਨ ਦੇ ਅਨੁਸਾਰ ਚੱਲਦਾ ਪਿਆ ਆ, ਤਾਂ ਹਜੇ ਸਮਾਂ ਪ੍ਰਭੂ ਨੇ ਨਹੀਂ ਲੈ ਕੇ ਆਉਂਦਾ ਉਹਦੀ ਜ਼ਿੰਦਗੀ 'ਚ ਬਰਕਤ ਦਾ, ਛੁਟਕਾਰੇ ਦਾ। ਜਦੋਂ ਪ੍ਰਭੂ ਨੇ ਸਮਾਂ ਲੈ ਕੇ ਆਉਣਾ ਆ ਤਾਂ ਪ੍ਰਭੂ ਸੁੱਤੇ ਪਿਆ ਦੀ ਜ਼ਿੰਦਗੀ ਦੇ ਵਿੱਚ ਹੀ ਤਾਂ ਕੰਮ ਕਰ ਦਿੰਦਾ। ਇਨਸਾਨ ਸੁੱਤਾ ਹੁੰਦਾ ਆ, ਪ੍ਰਭੂ ਜ਼ਿੰਦਗੀ 'ਚ ਕੰਮ ਕਰ ਦਿੰਦਾ, ਜਦੋਂ ਅੱਖਾਂ ਖੋਲਦਾ ਆ ਤਾਂ ਉਹਦਾ ਕੰਮ ਹੋਇਆ ਹੁੰਦਾ ਆ। ਹਾਲੇਲੂਇਆ। ਸੋ ਘਬਰਾਓ ਨਾ, ਪ੍ਰਭੂ ਦੇ ਪਿਆਰੇ ਲੋਕੋ, ਕਲੀਸੀਆ, ਹਰ ਇੱਕ ਕੰਮ ਦਾ ਇੱਕ ਸਮਾਂ ਆ, ਵੇਲਾ ਆ। ਪ੍ਰਭੂ ਨੇ ਉਹ ਕੰਮ ਆਪਣੇ ਸਮੇਂ ਦੇ ਅਨੁਸਾਰ ਕਰ ਦੇਣਾ ਆ। ਤੁਹਾਡਾ ਕੀ ਫਰਜ਼ ਆ? ਤੁਹਾਡਾ ਫਰਜ਼ ਇਹੀ ਆ, ਸਬਰ ਕਰੋ, ਬਣੇ ਰਹੋ, ਅੜੇ ਰਹੋ, ਖੜੇ ਰਹੋ। ਉਹ ਜਿਹੜਾ ਕੰਮ ਆ ਜ਼ਾਹਿਰ ਹੋ ਜਾਣਾ ਆ, ਪਰ ਜੇ ਅਸੀਂ ਪ੍ਰਭੂ ਤੋਂ ਪਿੱਛੇ ਹਟ ਜਾਂਦੇ ਹਾਂ, ਜੇ ਅਸੀਂ ਸਬਰ ਆਪਣਾ ਨਹੀਂ ਦਿਖਾਉਂਦੇ, ਤਾਂ ਫਿਰ ਜਿਹੜਾ ਕੰਮ ਪ੍ਰਭੂ ਨੇ ਕਰਨਾ ਆ ਉਹ ਕਿਤੇ ਨਾ ਕਿਤੇ ਉਸ ਕੰਮ ਦੇ ਵਿੱਚ ਰੁਕਾਵਟ ਪੈ ਜਾਂਦੀ ਹੈ। ਹਾਲੇਲੂਇਆ। ਜਿਹੜੀ ਬਾਈਬਲ ਆ ਪੂਰੇ ਵਾਅਦਿਆਂ ਨਾਲ ਭਰੀ ਪਈ ਆ, ਪਰ ਜਦੋਂ ਅਸੀਂ ਵਿਸ਼ਵਾਸ ਦੇ ਵਿੱਚ ਬਣੇ ਰਹਿੰਦੇ ਹਾਂ ਤਾਂ ਫਿਰ ਕੰਮ ਹੋ ਜਾਂਦੇ ਆ। ਹਰ ਇੱਕ ਕੰਮ ਦਾ ਇੱਕ ਸਮਾਂ ਆ, ਉਹ ਜਿਹੜਾ ਪ੍ਰਭੂ ਨੇ ਕੰਮ ਕਰਨਾ ਆ ਉਸ ਕੰਮ ਨੂੰ ਕੋਈ ਵੀ ਨਹੀਂ ਰੋਕ ਸਕਦਾ। ਪਰ ਸਾਡਾ ਇੱਕ ਕੰਮ ਸਾਨੂੰ ਕਰਨਾ ਪੈਣਾ ਆ, ਸਾਨੂੰ ਵਿਸ਼ਵਾਸ ਦਿਖਾਉਣਾ ਪੈਣਾ ਆ, ਸਾਨੂੰ ਸਬਰ ਦਿਖਾਉਣਾ ਪੈਣਾ ਆ। ਹਾਲੇਲੂਇਆ। ਸੋ ਫਿਕਰ ਨਾ ਕਰਿਓ, ਕੀ ਪਤਾ ਕਿ ਜਿਹੜਾ ਤੁਹਾਡੀ ਜ਼ਿੰਦਗੀ 'ਚ ਪ੍ਰਭੂ ਨੇ ਕੰਮ ਕਰਨਾ ਆ ਉਹ ਹੋਣੀ ਹੋ ਜਾਵੇ, ਕੀ ਪਤਾ ਕੱਲ ਹੋ ਜਾਵੇ। ਹੋ ਸਕਦਾ ਆ ਹੋਣਾ ਆ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ। ਸੋ ਬਣੇ ਰਹੋ ਪ੍ਰਭੂ ਦੇ ਨਾਂ ਵਿੱਚ ਔਰ ਪ੍ਰਭੂ ਦਾ ਧੰਨਵਾਦ ਹਮੇਸ਼ਾ ਕਰਿਆ ਕਰੋ, ਤਾਂ ਕਿ ਧੰਨਵਾਦ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਗੱਲਾਂ ਔਰ ਬਹੁਤ ਸਾਰੇ ਭੇਤ ਪ੍ਰਭੂ ਸਾਨੂੰ ਸਿਖਾਵੇ। ਔਰ ਜਦੋਂ ਅਸੀਂ ਧੰਨਵਾਦ ਕਰਦੇ ਹਾਂ ਤਾਂ ਪ੍ਰਭੂ ਸਾਡੇ 'ਤੇ ਦਇਆ ਕਰ ਦਿੰਦਾ ਹੈ। ਹਾਲੇਲੂਇਆ। ਪ੍ਰਭੂ ਨੂੰ ਧੰਨਵਾਦ ਚਾਹੀਦਾ ਆ, ਪ੍ਰਭੂ ਨੂੰ
कुछ नहीं चाहिए। प्रभु चाहता कि इंसान मेरे नाल संगती करे। मैं इंसान की जिंदगी इन्ने काम करता, मैं उन्होंने चलाता, मैं सारे काम उन्हें जिंदगी करता हाँ, तो वह सिर्फ मैनू धन्यवाद दे, भेंट दे धन्यवाद की, ताकि इंसान से परमात्मा का मेल हमेशा होया रहे। हालेलुया। सो हर एक काम का समा आ, घबरायो ना, डोलो ना, खड़े रहो, प्रभु तुहाडी जिंदगी जरूर काम करेगा, और जिहड़ा समा आ उह तुहाडी जिंदगी एक दिन जरूर आवेगा। हालेलुया। सो आओ सारे अखां नूं बंद करांगे, दुआ करांगे। प्रभु यीशु पिता, तेरा धन्नवाद करदे आं, तेरा शुक्र करदे आं। बाणी विच लिखिआ हर एक काम का समा आ, जिन्हें मनोरथ आकाश के हेठ हेठा आ उन्हां दा एक वेला आ। प्रभु यीशु पिता, सानूं इन इस वचन के अनुसार चलाओ, असीं खुदा उस समय नूं टीकीए जो समा तेरे वलों आ। खुदा प्रभु तेरे बच्चे निराश ना होण, डोलन ना, अपने बच्चों के नाल होवो खुदा, और खुदावंद तेरे नाम के विच प्रभु जिहड़े काम रुके आ वो तेरे समय के अनुसार हो जाण खुदा, और प्रभु तेरे लोगों के दिलों नूं तसल्ला होवे खुदा, शांति होवे खुदा। तुहाडा धन्नवाद करदा, शुक्र करदा, शुक्र करदा, शुक्र करदा। प्रभु मेरी प्रार्थना नूं सुनो, कबूल करो, यीशु मसीह दे नाम विच मंगदे हाँ, आमीन। सो सारिआं नूं जैम सिटी, प्रभु तुहानूं सारिआं नूं बरकत ते आशीष देवे, आमीन। जैम सिटी।